ਇਹ ਹੁਣ 15 ਜਾਨਵਰ ਨੇ ਅਤੇ ਇਹ ਤਕਰੀਬਨ 2 ਲੱਖ ਰੁਪਏ 'ਚ ਪੈਣ ਡੇ ਆ। ਅਤੇ ਅੱਜ ਮੰਡੀ ਲੈਣ ਜਾਓ ਤਾਂ 4-4.5 ਲੱਖ 3 ਮਹੀਨਿਆਂ ਦੇ ਵਿੱਚ 2 ਲੱਖ ਕਮਾ ਲਿਆ ਨਾ। ਅਤੇ ਮਿਹਨਤ ਬਹੁਤੀ ਹੈ, ਵੇਖਣਾ ਤਾਂ ਹੈ ਸੀ ਨਾ। ਦੋਸਤ ਸਵਾਲ ਵੀ ਕਰਦੇ ਹਨ ਕਿ ਜੀ ਛੋਟਿਆਂ ਤਾਂ ਛੋਟਾ ਸਵਾ ਮਨ ਦਾ, ਤਾਂ ਪਹਿਲਾਂ ਸਵਾਲ ਕਰਦੇ ਹਨ ਕਿ ਸਵਾ ਮਨ ਦੇ ਤਾਂ ਤੁਸੀਂ ਕਿਵੇਂ ਇੰਨਾ ਵਜ਼ਨ ਲੈ ਲੈਂਦੇ ਹੋ। ਮੈਂ ਕਿਹਾ ਬੱਚੇ ਤੋਂ ਵੀ ਵੇਖ ਕਰਕੇ ਵੇਖੀਏ। ਸਿਆਣੇ ਵਾਲੇ ਤਾਂ ਸਾਰੇ ਲੋਕ ਕੰਮ ਕਰ ਲੈਂਦੇ ਨੇ, ਕੁਝ ਗਰੀਬਾਂ ਵਾਲੇ ਕੰਮ ਵੀ ਹੁੰਦੇ ਨੇ ਨਾ। ਅਸੀਂ ਤਾਂ ਸਮਝਦੇ ਹਾਂ ਕਿ ਜਿਹੜੇ ਛੋਟਾ ਤਬਕਾ ਹੈ ਨਾ, ਉਹ ਇਹ ਕਾਰੋਬਾਰ ਕਰੇ। ਦਿਹਾੜੀਦਾਰ ਤਬਕਾ ਵੀ ਇਹ ਕਾਰੋਬਾਰ ਕਰ ਸਕਦਾ, ਇਹਦੇ 'ਚ ਪੈਸਿਆਂ ਦੀ ਕੋਈ ਕੈਦ ਨਹੀਂ ਕਿ ਮੇਰੇ ਕੋਲ 50 ਲੱਖ ਹੋਏ ਤਾਂ ਫਿਰ ਹੀ। ਛੋਟਾ ਕੰਮ ਕਰ ਲਓ, 2 ਲੈ ਲਓ, 4 ਲੈ ਲਓ, 6 ਲੈ ਲਓ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਅਲਿਆ ਸਾਹਿਬ, ਕੀ ਹਾਲ ਹੈ? ਅੱਲਾਹ ਦਾ ਸ਼ੁਕਰ। ਮਾਸ਼ਾਅੱਲਾ, ਕਾਫੀ ਆਵਾਮ ਨੂੰ ਤੁਹਾਡਾ ਆਲਰੇਡੀ ਤਾਰਫ ਹੈ। ਇੱਕ ਦਫਾ ਮੈਂ ਚਾਹਾਂਗਾ ਕਿ ਨਾਜ਼ਰੀਨ ਨੂੰ ਤੁਸੀਂ ਆਪਣਾ ਤਾਰਫ ਫੇਰ ਕਰਵਾ ਦਿਓ। ਮੇਰਾ ਨਾਮ ਮੁਹੰਮਦ ਅਲਿਆਸ ਹੈ ਜੀ, ਪਿੰਡ ਭਾਣਿਆ। ਸਰ, ਤੁਸੀਂ ਕਿੰਨੇ ਅਰਸੇ ਤੋਂ ਵੱਛਾ ਫਾਰਮਿੰਗ ਕਰਦੇ ਹੋ ਪੇ? ਤਕਰੀਬਨ 4 ਸਾਲ ਤੋਂ ਕਰ ਰਹੇ ਹਾਂ। ਮਾਸ਼ਾਅੱਲਾ, ਤੁਸੀਂ ਆਪਣੇ ਸਰ ਤਜਰਬੇ ਦੇ ਮੁਤਲਕ ਦੱਸੋ ਕਿ ਤੁਸੀਂ ਇਹ ਕੰਮ ਨੂੰ ਕਿਸ ਤਰੀਕੇ ਨਾਲ ਕਰਦੇ ਹੋ ਪੇ? ਅਸੀਂ ਪਹਿਲਾਂ ਤਾਂ ਮਾਨਸਾ ਦਾ ਲਈਦਾ, ਇਹ ਹੁਣ ਜਿਹੜਾ ਪਹਿਲੇ ਦਿਨ ਦਾ ਬੱਚਾ ਪਾਇਆ। ਕਿਆ ਬਾਤ ਹੈ, ਇੱਕ ਦਿਨ ਦਾ ਜਿਹੜਾ ਬੱਚਾ ਹੈ ਉਹਦੇ ਤੋਂ ਤੁਸੀਂ ਹੁਣ ਯਾਨੀ ਕਿ ਇਹ ਕੰਮ ਕਰਦੇ ਹੋ ਪੇ? ਬਿਲਕੁਲ। ਸਰ, ਤੁਸੀਂ ਪਹਿਲੇ ਫਾਰਮਰ ਹੋ ਜਿਹੜੇ ਇੱਕ ਦਿਨ ਦਾ ਬੱਚਾ ਲਿਆ ਕੇ ਇਹ ਕੰਮ ਨੂੰ ਕਰਦੇ ਹੋ ਪੇ? ਇਸ ਤੋਂ ਪਹਿਲੇ ਜਦੋਂ ਵੀਡੀਓ ਬਣਾਈ ਸੀ ਤੁਸੀਂ ਜ਼ਿਕਰ ਕੀਤਾ ਸੀ ਮਨ ਸਵਾ ਦਾ। ਕੁਛ ਲੋਕਾਂ ਦੇ ਸਵਾਲ ਹਨ ਕਿ ਇੰਨੇ ਕੰਮ ਉਮਰ ਜਾਨਵਰ ਨੂੰ ਪਾਲਣਾ ਮੁਸ਼ਕਲ ਹੈ, ਤੁਸੀਂ ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਇੱਕ ਦਿਨ ਦੇ ਜਾਨਵਰ ਨੂੰ ਵੀ ਤਿਆਰ ਕਰ ਲਿਆ ਜੀ? ਬਿਲਕੁਲ ਕਰ ਲਿਆ ਜੀ। ਕੀ ਮੁਸ਼ਕਲਾਂ ਨੇ, ਕਿੰਝ ਕਰਦੇ ਹੋ? ਇਹ 27 ਦਸੰਬਰ ਨੂੰ ਲਿਆਂਦੇ ਸੀ, ਕੋਈ 10 ਦਿਨ ਦਾ ਸੀ, ਕੋਈ 5 ਦਿਨ ਦਾ ਸੀ, ਕੋਈ 8 ਦਿਨ ਦਾ ਸੀ, ਬਲਕਿ ਕੋਈ 2 ਦਿਨ ਦਾ ਸੀ। ਅਤੇ ਇਹਨਾਂ ਨੂੰ ਲਿਆ ਕੇ ਅਤੇ 1.25 ਕਿਲੋ ਦੁੱਧ ਡਾਕਟਰ ਨੇ ਦੱਸਿਆ, ਬਾਕੀ ਅਸੀਂ ਕਿਲੋ ਦੁੱਧ ਪਿਆਉਂਦੇ ਰਹੇ, ਕਿਲੋ ਸੁਬਹਾ ਅਤੇ ਕਿਲੋ ਸ਼ਾਮ। ਰੋਜ਼ਾਨਾ 2 ਕਿਲੋ? ਰੋਜ਼ਾਨਾ 2 ਕਿਲੋ ਦੁੱਧ ਪਿਆਉਂਦੇ ਰਹੇ ਹਾਂ ਅਤੇ ਨਾਲ ਬਰਕਤ ਫੀਡ ਪਾਉਂਦੇ ਰਹੇ ਹਾਂ। ਸ਼ੁਰੂ ਕਰ ਲਈ ਨਾਲ ਹੀ, ਅਤੇ ਨਾਲ ਹੀ ਫੀਡ ਖਾਣੀ ਸ਼ੁਰੂ ਕਰ ਦਿੱਤੀ ਹੈ, ਨਾਲ ਹੀ ਦੁੱਧ ਪੀਂਦੇ ਰਹੇ। ਇਹਨਾਂ ਦਾ ਦੁੱਧ ਵਧਾਇਆ ਨਹੀਂ, ਉਹੀ ਕਿਲੋ ਰੱਖਿਆ। ਇਹ ਉਹ ਜਿਹੜਾ ਤੁਸੀਂ ਸ਼ੁਰੂ ਦਿਨ ਤੋਂ ਕਿਲੋ ਦੁੱਧ ਸੁਬਹਾ ਅਤੇ ਕਿਲੋ ਸ਼ਾਮੀ ਦਿੰਦੇ ਸੋ, ਉਹ ਅੱਜ ਤੱਕ ਵੀ ਉਹ ਦੁੱਧ ਦੇ ਰਹੇ ਜਾਂ ਕਿ ਹੁਣ ਦੁੱਧ ਛੱਡ ਦਿੱਤਾ? ਨਹੀਂ, ਉਹ ਛੱਡ ਦਿੱਤਾ ਵੇ, ਬਸ ਹੁਣ 3-4 ਜਾਨਵਰ ਜਿਹੜੇ ਨੇ ਪੀ ਰਹੇ ਨੇ। ਕੁਝ 2-4 ਜਾਨਵਰ ਜਿਹੜੇ ਨੇ ਉਹ ਪਿੱਛੋਂ ਵੀ ਆਏ ਹਨ, ਇਸ ਵਾਸਤੇ ਉਹ ਦੁੱਧ ਪੀਂਦੇ ਨੇ ਫਿਰ, ਇਹ ਨਹੀਂ ਪੀਂਦੇ ਪਏ, ਇਹ ਠੀਕ ਹੋ ਗਿਆ। ਅਤੇ ਦੁੱਧ ਇਹਨਾਂ ਨੂੰ ਕਿੰਨੇ ਮਹੀਨੇ ਪਿਲਾਈਦਾ? ਇਹ 3 ਮਹੀਨੇ। ਅਤੇ ਦੁੱਧ ਤੁਸੀਂ ਕਿੱਦਾਂ ਲੈਂਦੇ ਹੋ ਫਿਰ, ਗਾਂ ਦਾ ਲੈਂਦੇ ਹੋ ਜਾਂ ਮੱਝ ਦਾ? ਦੁੱਧ ਡੇਅਰੀ ਤੋਂ ਲਿਆਈਦਾ ਸੀ, ਜਿਹੜੀ ਡੇਅਰੀ ਤੋਂ ਖਰੀਦ ਕੀਤੀ ਸੀ ਉਸੇ ਡੇਅਰੀ ਦਾ ਦੁੱਧ ਮਿਲ ਗਿਆ। ਅੱਛਾ, ਉਹਦੇ ਤੋਂ ਲਿਆ ਗਿਆ, ਅੱਜ ਤੱਕ ਪਲਾਣ ਡੇ ਹਾਂ। ਤੋ ਪਲਾਣ ਦਾ ਕੀ ਤਰੀਕਾ ਹੈ ਅਗਰ ਤੁਸੀਂ ਇੰਜ ਪਲਾਉਂਦੇ ਹੋ? ਇੱਕ ਤਾਂ ਹੁੰਦਾ ਨਾ ਜਿਹੜੇ ਛੋਟੇ ਬੱਚੇ ਨੇ ਮਾਂ ਦਾ ਪੀਂਦੇ ਨੇ ਉਹ ਆਸਾਨੀ ਹੁੰਦੀ ਹੈ। ਪਹਿਲਾਂ ਤਾਂ ਸਰ ਨਿਪਲਣਾ ਪਿਆ, ਬਾਅਦ ਦੇ ਵਿੱਚ ਇੱਕ ਥਣ ਮਿਲ ਜਾਂਦਾ ਵੀ ਉਹ ਬੋਤਲ ਨੂੰ ਚੜ ਜਾਂਦਾ, ਅਤੇ ਉਹਦੇ ਨਾਲ ਬਾਅਦ 'ਚ ਫਿਰ ਦਬੜਨਾ ਸ਼ੁਰੂ ਹੋ ਜਾਂਦਾ, ਫਿਰ ਹੁਣ ਟੈਨਸ਼ਨ ਨਹੀਂ ਕੋਈ ਨਹੀਂ। ਅੱਛਾ, ਯਾਨੀ ਸ਼ੁਰੂ ਦਿਨ ਤੋਂ ਥੋੜ੍ਹੀ ਮੁਸ਼ਕਿਲ ਹੁੰਦੀ? ਸ਼ੁਰੂ ਦਿਨ ਤਾਂ ਥੋੜ੍ਹੀ ਮੁਸ਼ਕਿਲ, ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਹੈਗੇ। 1 ਮਹੀਨਾ ਪਹਿਲਾਂ ਜਿਹੜਾ ਉਹ ਤਾਂ ਜ਼ਿਆਦਾ ਮੁਸ਼ਕਿਲ ਹੁੰਦਾ, ਫਿਰ ਦੂਸਰਾ, ਫਿਰ ਤੀਸਰਾ, ਹੁਣ ਤਾਂ ਮੁਸ਼ਕਿਲ ਹੀ ਕੋਈ ਨਹੀਂ ਇਹਨਾਂ ਦੀ ਜੀ, ਹੁਣ ਤਾਂ ਫੀਡ ਖਾਣ ਲੱਗ ਪਏ ਨੇ। ਅਤੇ ਤੁਸੀਂ ਜਿਹੜੀ ਫੀਡ ਹੈ ਉਹ ਵੀ ਪਹਿਲੇ ਦਿਨ ਤੋਂ ਸ਼ੁਰੂ ਕਰਾ ਲਈ? ਪਹਿਲੇ ਦਿਨ ਤੋਂ ਸ਼ੁਰੂ ਜੀ, ਕਿਲੋ ਦੁੱਧ ਨਾਲ ਦਿਨਾਂ ਦਾ ਕੁਝ ਨਹੀਂ ਨਾ ਬਣਦਾ।
ਉਹਦੀ ਕੋਈ ਰੇਸ਼ੋ ਦੱਸੋ ਕਿ ਸ਼ੁਰੂ ਦਿਨ ਤੋਂ ਜਦੋਂ ਫੀਡ ਸ਼ੁਰੂ ਕਰਾਈ ਸੀ ਉਦੋਂ ਉਹਨਾਂ ਦੀ ਉਮਰ ਵੀ ਕੋਈ 2-4 ਦਿਨ ਸੀ। ਆਪਣੀ ਮਰਜ਼ੀ ਨਾਲ ਹੀ ਸ਼ੁਰੂ ਕੀਤੀ ਇਹਨਾਂ ਨੇ, ਅਸੀਂ ਤਾਂ ਦੁੱਧ ਤੋਂ ਬਾਅਦ ਫਿਰ ਫੀਡ ਹੀ ਖਾਣੀ ਨੇ, ਖੁਰਲੀ 'ਚ ਰਹਿਣਾ, ਅੱਧਾ ਅੱਧਾ ਕਿਲੋ ਪਾ ਪਾ ਅੱਧਾ ਅੱਧਾ ਕਿਲੋ ਖਾ ਲੈਂਦੇ ਹਨ, ਜਿਸ ਰੇਸ਼ੋ ਨਾਲ ਵੱਧਦੇ ਗਏ ਨੇ ਵੱਧ, ਹੁਣ ਮਾਸ਼ਾਅੱਲਾ ਬੋਰੀ ਖਾਣ ਡੇ ਹਨ। ਇਹ ਕਿੰਨੇ ਜਾਨਵਰ? ਇਹ 15 ਜਾਨਵਰ। 15 ਜਾਨਵਰ ਇੱਕ ਬੋਰੀ 40 ਕਿਲੋ ਦੀ ਖਾਈ ਜਾਂਦੇ ਨੇ, 40 ਕਿਲੋ ਦੀ ਖਾਈ ਜਾਂਦੇ ਨੇ। ਹੁਣ ਬਲਕਿ ਵਧਾਉਣ ਡੇ ਨੇ, ਹੁਣ ਵਧਾਉਣੀ ਇਹਨਾਂ ਦੀ, ਹੁਣ ਦੁੱਧ ਤੋਂ ਤਾਂ ਇਹਨਾਂ ਦੀ ਜਾਣ ਗਈ ਹੈ, ਛੁੱਟ ਸਾਡੀ ਵੀ ਛੁੱਟ ਗਈ ਬਲਕਿ ਜੀ। ਅਤੇ ਹੁਣ ਫੀਡ, ਹੁਣ 3 ਮਹੀਨੇ ਫੀਡ ਪਾਵਾਂਗੇ। ਅੱਛਾ ਸਰ, ਮਾਸ਼ਾਅੱਲਾ ਪਹਿਲੇ ਵੀ ਜਦੋਂ ਵੀਡੀਓ ਬਣਾਈ ਸੀ ਤੁਹਾਡੇ ਜਾਨਵਰ ਸਿਹਤਮੰਦ ਹਨ, ਇਸ ਟਾਈਮ ਵੀ ਇਹਨਾਂ ਦੀ ਸਿਹਤ ਅੱਛੀ ਹੈ, ਹਲੇ ਤੁਸੀਂ ਇਹਨਾਂ ਨੂੰ ਚਾਰਾ ਪਾਇਆ, ਟਾਈਮ ਹੋਇਆ ਹਲੇ ਖਾ ਰਹੇ ਨੇ, ਇਹ ਦੱਸੋ ਕਿ ਜਿਹੜੀ ਬਰਕਤ ਫੀਡ ਉਹਨੂੰ ਇਸਤੇਮਾਲ ਕਿੰਝ ਕਰਾਉਣਾ? ਬਰਕਤ ਫੀਡ ਪਹਿਲਾਂ ਵੀ ਦੱਸਿਆ, ਹੁਣ ਫਿਰ ਦੱਸਣੇ ਆ, ਉਹੀ ਤਰੀਕਾ ਵੇ, ਥੋੜ੍ਹੇ ਪੱਠੇ, ਥੋੜ੍ਹੀ ਤੂੜੀ ਅਤੇ ਬਾਕੀ ਫੀਡ। ਯਾਨੀ ਕਿ ਹੁਸ਼ਕ ਅਤੇ ਸਬਜ਼ ਚਾਰਾ ਦੋਵੇਂ ਹੋਣੇ ਚਾਹੀਦੇ ਨੇ ਅਤੇ ਨਾਲ ਫੀਡ? ਕੋਈ ਜ਼ਰੂਰੀ ਨਹੀਂ, ਹੋਣ ਤਾਂ ਠੀਕ ਹੈ, ਨਹੀਂ ਤਾਂ ਤੂੜੀ ਅਤੇ ਫੀਡ ਚੱਲ ਜਾਂਦੀ ਹੈ, ਤੂੜੀ ਫੀਡ ਨਾਲ ਚੋਖਰ ਇਸਤੇਮਾਲ ਕਰ ਲਓ। ਅਤੇ ਪਾਣੀ ਦਾ ਕੀ ਕੋਈ ਸਿਸਟਮ ਹੈ? ਪਾਣੀ ਤਾਂ ਖੁੱਲ੍ਹਾ ਪਿਆ, ਪਾਣੀ ਖੁੱਲ੍ਹਾ ਰੱਖਣਾ। ਅੱਛਾ ਸਰ, ਹੁਣ ਇਹਨਾਂ ਦੀ ਜਿਹੜਾ ਖਰੀਦਦਾਰੀ ਦੇ ਮੁਤਲਕ ਦੱਸੋ ਕਿ ਤੁਸੀਂ 1 ਦਿਨ ਦਾ 2 ਦਿਨ ਦਾ ਜਿਹੜਾ ਨਾ ਵੱਛਾ ਖਰੀਦਿਆ ਹੈ, ਮਾਸ਼ਾਅੱਲਾ ਜਾਨਵਰ ਨਸਲੀ ਜਿਹੜਾ ਨਾ ਲੱਗਦੇ ਨੇ, ਇਹਨਾਂ ਦੀ ਨਸਲ ਦੱਸੋ ਅਤੇ ਇਹਨਾਂ ਦੀ ਖਰੀਦਦਾਰੀ ਦੇ ਮੁਤਲਕ ਦੱਸੋ ਕਿ ਤੁਹਾਨੂੰ ਵੱਛਾ ਕਿੰਨੇ ਦਾ ਮਿਲਿਆ ਸੀ? ਇਹ ਵਲੈਤੀ ਵੱਛੇ ਨੇ, ਡੇਅਰੀ ਤੋਂ ਮਿਲੇ ਨੇ, ਇਹ ਪਹਿਲਾਂ 11 ਮਿਲੇ ਹਨ 80,000 ਦੇ, ਅਤੇ ਉਹ 2 ਕੱਟੇ ਨੇ, ਉਹ 31,000 ਦੇ ਆਏ ਹਨ, 11 ਬਾਅਦ ਦੇ ਵਿੱਚ 4 ਕੱਟੇ ਆਏ ਨੇ, 4 ਵੱਛੇ ਆਏ ਨੇ, ਉਹ ਆਏ ਨੇ 15,000 ਦੇ, 4 ਉਹ ਬਹੁਤ ਛੋਟੇ ਆ। ਅੱਛਾ, ਇਹ ਜਿਹੜੇ ਤੁਸੀਂ ਕਿਹਾ 11-80,000 ਦੇ ਮਿਲੇ ਨੇ, ਉਹਨਾਂ ਦੀ ਕੀ ਕੋਈ ਉਮਰ ਸੀ? ਉਹਨਾਂ ਦੀ ਉਮਰ ਵੀ ਆਏ ਸੀ, ਕਿਸੇ ਦੀ 10 ਦਿਨ, ਕਿਸੇ ਦੀ 5 ਦਿਨ, ਕਿਸੇ ਦੀ ਬਸ ਇਹ ਜਿਹੜੇ ਤੁਸੀਂ ਬਾਅਦ 'ਚੋਂ ਲਏ ਨੇ 4-15,000 ਦੇ, ਉਹ ਇਹਨਾਂ ਦੀ ਨਿਸਬਤ ਸਸਤੇ ਮਿਲ ਗਏ, ਉਹਦੀ ਕੀ ਵਜ੍ਹਾ? ਉਹ ਪਹਿਲੇ ਦਿੰਦੇ ਹਨ। ਅੱਛਾ, ਉਹ ਚਾਰੇ ਪਹਿਲੇ ਦਿੰਦੇ ਹਨ, ਉਹ ਇਸ ਵਾਸਤੇ ਸਸਤੇ ਲੱਗ ਗਏ। ਅਤੇ ਕੀ ਇਹ ਗੱਲ ਹੈ ਕਿ ਜਿਹੜੇ ਡੇਅਰੀ ਵਾਲੇ ਨੇ ਉਹ ਕਿਉਂ 1 ਦਿਨ ਦਾ ਸੇਲ ਕਰ ਦਿੰਦੇ ਨੇ ਜਾਂ ਕੋਈ 2 ਦਿਨ ਦਾ? ਬਸ ਸਰਦੀ ਦੇ ਵਿੱਚ ਸੇਲ ਕਰ ਦਿੰਦੇ ਨੇ, ਸਾਂਭਣ ਦੀ ਵਜ੍ਹਾ ਕਿ ਸਾਂਭੇ ਨਹੀਂ ਜਾਂਦੇ, ਮਰ ਜਾਂਦੇ ਨੇ। ਫਿਰ ਮਾਸ਼ਾਅੱਲਾ, ਯਾਨੀ ਕਿ ਤੁਹਾਡੀ ਬਹਾਦਰੀ ਕਹਾਂਗੇ ਕਿ ਤੁਸੀਂ 1 ਜਾਂ 2 ਦਿਨ ਦਾ ਚੰਦ ਦਿਨ ਦੇ ਜਾਨਵਰ ਨੂੰ ਤੁਸੀਂ ਉਹਨਾਂ ਨੂੰ ਸਾਂਭਿਆ ਵੀ ਹੈ, ਮਾਸ਼ਾਅੱਲਾ ਉਹਨਾਂ ਨੂੰ ਅੱਛਾ ਤਿਆਰ ਵੀ ਕਰਦੇ ਹੋ? ਅੱਲਾ ਦਾ ਸ਼ੁਕਰ ਹੈ, ਬਿਹਤਰੀਨ ਹੋ ਗਏ ਨੇ ਹੁਣ ਤਾਂ, ਹੁਣ ਤਾਂ ਕੋਈ ਟੈਨਸ਼ਨ ਹੀ ਨਹੀਂ ਜੀ। ਅਤੇ ਇਹ ਜਿਹੜੀ ਨਸਲ ਹੈ ਵਲੈਤੀ ਹੈ ਜਾਂ ਕਿ ਫਰੀਜ਼ੀਅਨ ਹੈ? ਇਹ ਵਲੈਤੀ ਹੈ, ਫਰੀਜ਼ੀਅਨ ਵੀ ਨੇ ਵਿੱਚ, ਅਤੇ ਵਿੱਚ ਵਲੈਤੀ ਵੀ ਨੇ, ਅਤੇ ਡੇਅਰੀ ਦੇ ਹੀ ਨੇ ਸਾਰੇ ਵਲੈਤੀ ਨੇ, ਅਤੇ ਵੇਖੋ ਹੁਣ ਅੱਗੋਂ ਬੁੱਲ ਵੀ ਬਣਾਵਾਂਗੇ ਇਹਨਾਂ ਦੇ ਵਿੱਚੋਂ ਇਨਸ਼ਾਅੱਲਾ। ਸਰ, ਨਸਲੀ ਬਰੀਡ ਤੁਸੀਂ ਰੱਖੀ ਹੈ? ਬਿਲਕੁਲ, ਇਹਨਾਂ ਦੇ ਸਾਰੇ ਕਿਸਾਈਆਂ ਵਾਲੇ ਨਹੀਂ ਹੈ, ਇਹ ਜ਼ਰਾ ਗਾਈਆਂ ਵਾਲੇ ਨੇ। ਫਰਜ਼ ਕੀਤਾ ਕਿ ਅਗਰ ਤੁਸੀਂ ਬੜਾ ਅੱਛਾ ਕਿਹਾ ਕਿ ਇਹਨਾਂ ਜਿਹੜਾ ਨਾ ਬੁੱਲ ਵੀ ਬਣਾਵਾਂਦੇ, ਉਹ ਤਾਂ ਸਮਝੋ ਕਿ A1 ਨੇ ਨਾ। ਫਰਜ਼ ਕੀਤਾ ਕਿ ਅਗਰ ਤੁਸੀਂ ਬੁੱਲ ਨਹੀਂ ਬਣਾਉਂਦੇ, ਇਹਨਾਂ ਨੂੰ ਤੁਸੀਂ ਕਿਸਾਈਆਂ ਅੱਗੇ ਸੇਲ ਕਰਦੇ ਹੋ, ਫਿਰ ਵੀ ਕੋਈ ਬੱਚੇ ਦਾ ਕੀ ਨਹੀਂ? ਫਿਰ ਵੀ ਕੋਈ ਗੱਲ ਨਹੀਂ, ਬੱਚੇ ਦੀ ਬੱਚੇ ਦੇ, ਇਹ ਹੁਣ 15 ਜਾਨਵਰ ਨੇ ਅਤੇ ਇਹ ਤਕਰੀਬਨ 2 ਲੱਖ ਰੁਪਏ 'ਚ ਪੈਣ ਡੇ, ਅਤੇ ਅੱਜ ਮੰਡੀ ਲੈਣ ਜਾਓ ਤਾਂ 4-4.5 ਲੱਖ 3 ਮਹੀਨਿਆਂ ਦੇ ਵਿੱਚ 2 ਲੱਖ ਕਮਾ ਲਿਆ ਨਾ। ਮਾਸ਼ਾਅੱਲਾ, ਹੁਣ ਸ਼ੁਰੂ ਹੋਣਾ ਵੇ ਇਹਨਾਂ, ਹੁਣ ਇਹਨਾਂ ਨੇ ਫੇਰ ਬੋਰੀ ਖਾਣ ਲੱਗ ਪਏ ਨੇ, ਇਹਨਾਂ ਦੋ ਬੋਰੀਆਂ ਵੀ ਖਾ ਜਾਣੀਆਂ, ਹੋਰ 3 ਮਹੀਨਿਆਂ ਤੱਕ ਬਿਲਕੁਲ ਤਿਆਰ।
ਤੁਸੀਂ ਜ਼ਿਕਰ ਕੀਤਾ ਕਿ ਹੁਣ 15 ਜਾਨਵਰ 2 ਲੱਖ 'ਚ ਪਏ ਨੇ, ਅਗਰ ਮੰਡੀ 'ਚ ਸੇਲ ਕਰੀਏ ਤਾਂ ਤਕਰੀਬਨ 4-4.5 ਲੱਖ ਦੇ ਸੇਲ ਹੋ ਜਾਂਦੇ, 80,000 ਦੇ ਇੱਕ ਤੇ 15,000 ਦੇ ਇੱਕ, ਯਾਨੀ ਕਿ 95,000 ਉਹ ਤੇ ਵੱਛੇ ਕੱਟੇ ਕਿੰਨੇ ਦੇ ਨੇ? 31,000 ਦੇ, ਯਾਨੀ ਕਿ 95 ਤੇ 31 ਇੱਕ ਕੋਈ 25 ਹੋ ਗਿਆ, ਤੇ ਬਾਕੀ ਜਿਹੜਾ 75,000 ਇਹਨਾਂ ਦੀ ਫੀਡ ਦਾ ਉਹ ਦੁੱਧ ਦੇ ਤੇ ਫੀਡ, ਇਹ ਆ ਜਿਹੜੇ 4 ਕੁ ਮਹੀਨੇ 'ਚ ਤੁਸੀਂ ਇਹਨਾਂ ਨੂੰ? 3.5 ਮਹੀਨੇ ਅੰਨਾ ਖਰਚਾ ਆਇਆ। ਤੇ ਇਹ ਜਦੋਂ ਇੱਕ ਦਿਨ ਦਾ ਤੁਸੀਂ ਜਾ ਲੈ ਕੇ ਆਉਂਦੇ ਹੋ ਉਹਨੂੰ, ਜਿਹੜੇ ਡੇਰੀ 'ਤੇ ਅਗਰ ਹੋਏ ਮਾਂ ਦਾ ਦੁੱਧ ਪੀਏ ਫਿਰ ਵੀ ਬੜੀ ਮੁਸ਼ਕਿਲ ਬਚਦਾ ਸਰਦੀਆਂ ਵਿੱਚ, ਖਾਸ ਕਰ ਬੜੇ ਫਾਰਮਾਂ 'ਤੇ ਗਿਆ ਉਹਨਾਂ ਦਾ ਇਹੀ ਗਿਲਾ ਸ਼ਿਕਵਾ। ਤੁਸੀਂ ਸਿਰਫ ਇਹਨਾਂ ਨੂੰ ਖੁਰਾਕ ਹੀ ਖਵਾਈਏ ਜਾਂ ਕਿ ਕੋਈ ਇਹਨਾਂ ਨੂੰ ਵੈਕਸੀਨੇਸ਼ਨ ਵੀ ਕਰਾਈਏ? ਕੋਈ ਚੀਜ਼ ਇਹਨਾਂ ਨੂੰ ਖਵਾਈ, ਸਿਰਫ ਖੁਰਾਕ ਖਵਾਈ ਤੇ ਦੁੱਧ ਪਿਆ, ਬਸ ਇਹਨਾਂ ਨੂੰ ਮਾਹੌਲ ਅੱਛਾ ਦਿੱਤਾ। ਅੱਛੇ ਮਾਹੌਲ ਤੂੰ ਕੀ ਮੁਰਾਦ ਲੈਂਦੀ? ਮਾਹੌਲ ਤੋਂ ਮੁਰਾਦ ਹੈ ਕਿ ਸਰਦੀ ਦੇ ਵਿੱਚ ਗਰਮ ਮਾਹੌਲ ਦਿੱਤਾ, ਹੁਣ ਤਾਂ ਪਰਵਾਹ ਹੀ ਨਹੀਂ ਨਾ ਇਹਨਾਂ ਜੀ, ਹੁਣ ਤਾਂ ਗਰਮੀ ਆ ਗਈ ਇਹਦੇ ਨਾਲ, ਹੁਣ ਵੱਡੇ ਵੱਡੇ ਹੋ ਗਏ ਨੇ ਜੀ। ਸਰਦੀ 'ਚ ਮਾਸ਼ਾਅੱਲਾ ਖੁਰਾਕ ਤੇ ਅੱਛੀ ਦਿੱਤੀ, ਇਸ ਤੋਂ ਇਲਾਵਾ ਗਰਮ ਮਾਹੌਲ ਤੁਸੀਂ ਕਿੰਝ ਦਿੱਤਾ? ਕੋਈ ਇਹਨਾਂ ਨੂੰ ਅੱਗ ਲਾ ਕੇ ਸੁਕਾਉਂਦੇ? ਕੋਲੇ ਬਾਲ ਲਈਦੇ ਹੁਣ ਕੋਲ। ਅੱਛਾ, ਵਕਤੇ ਜ਼ਰੂਰਤ ਕੋਲੇ ਬਾਲ ਲਈਦੇ, ਬਾਕੀ ਇਹਨਾਂ ਨੂੰ ਢੱਕ ਰੱਖਿਆ ਸੀ ਫਾਰਮ ਮੇਰੇ ਕੋਲ ਮੌਜੂਦ ਜੀ। ਤੇ ਹੋਰ ਕੋਈ ਗਰਮ ਗਜ਼ਾ ਵੀ ਦਿੰਦੇ ਸੋ ਸਰਦੀ 'ਚ? ਕੋਈ ਸਰਦੀ ਗਰਮ ਗਜ਼ਾ ਨਹੀਂ ਦਿੱਤੀ, ਸਿਰਫ ਫੇਟ ਪਾਈ। ਸਰ ਇਸ ਤੋਂ ਪਹਿਲੇ ਤੁਸੀਂ ਮਨ ਸਵਾ ਦਾ ਲਿਆਉਂਦੇ ਹੋ, ਹੁਣ ਤੁਸੀਂ 2 ਦਿਨ ਦਾ 1 ਦਿਨ ਦਾ ਬੱਚਾ ਲਿਆਉਂਦੇ ਹੋ, ਤੁਹਾਡੇ ਜ਼ਿਹਨ 'ਚ ਕੀ 100 ਦਮ ਖਿਆਲ ਆਇਆ ਕਿ ਤੁਸੀਂ ਵੱਡੇ ਬੱਚੇ ਦੀ ਨਿਸਬਤ ਜਿਹੜਾ ਛੋਟਾ ਬੱਚਾ ਉਹਨੂੰ ਤਰਜੀਹ ਦਿੱਤੀ? ਇਹ ਮਿਹਨਤ ਬਹੁਤ ਹੀ ਹੈ, ਵੇਖਣਾ ਤਾਂ ਹੈ ਸੀ ਨਾ, ਦੋਸਤ ਸਵਾਲ ਵੀ ਕਰਦੇ ਹਨ ਕਿ ਜੀ ਛੋਟਿਆਂ ਤੋਂ ਛੋਟਾ ਸਵਾ ਮਨ ਦਾ, ਤਾਂ ਪਹਿਲਾਂ ਸਵਾਲ ਕਰਦੇ ਹਨ ਕਿ ਸਵਾ ਮਨ ਦੇ ਤਾਂ ਤੁਸੀਂ ਕਿਵੇਂ ਇੰਨਾ ਵਜ਼ਨ ਲੈ ਲੈਂਦੇ ਹੋ, ਮੈਂ ਕਿਹਾ ਬੱਚੇ ਤੋਂ ਵੀ ਕਰਕੇ ਵੇਖੀਏ। ਯਾਨੀ ਕਿ ਤੁਸੀਂ ਇੱਕ ਡਿਫਰੈਂਟ ਕੰਮ ਕਰਨਾ ਚਾਹੁੰਦੇ ਹੋ? ਬਿਲਕੁਲ, ਯਾਨੀ ਕਿ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਕਿ ਕੰਮ ਕੋਈ ਵੀ ਹੋਏ ਅਗਰ ਬੰਦਾ ਮਿਹਨਤ ਕਰੇ ਤੇ ਕਾਮਯਾਬ ਹੋ ਜਾਂਦਾ। ਕਾਮਯਾਬ ਹੋ ਜਾਂਦਾ, ਕਾਮਯਾਬੀ ਤਾਂ ਅੱਲਾਹ ਪਾਕ ਕੋਲ ਨਾ ਜੀ, ਬਾਕੀ ਮਿਹਨਤ ਕਰਨੀ ਚਾਹੀਦੀ ਹੈ। ਆ ਤੁਹਾਡੇ ਸਾਹਮਣੇ ਨੇ ਸਾਰੇ ਮੇਰੇ ਡਾਕਟਰ ਵੀ ਮੁਹਾਲਫਤ ਕਰਦੇ ਹਨ ਜਦੋਂ ਖਰੀਦਦੇ ਹਨ ਕਿ ਕੀ ਕੀਤਾ ਜੇ ਜੀ ਇਹਨਾਂ ਮੈਂ ਮਰ ਜਾਂਦੇ ਨੇ, ਇੰਝ ਹੋ ਜਾਂਦਾ, ਉਹ ਹੋ ਜਾਂਦਾ, ਤਾਂ ਬਾਕੀ ਨਹੀਂ ਅਲਹਮਦੁਲਿਲਾ ਬਿਹਤਰੀਨ ਜਾ ਰਹੇ ਨੇ। ਤੇ ਇਹਨਾਂ ਨੂੰ ਕੋਈ ਮਿਰਚ ਮਸਾਲਾ ਵੀ ਖਿਲਾ ਰਹੇ? ਕੋਈ ਮਿਰਚ ਮਸਾਲਾ ਨਹੀਂ, ਫੀਡ ਸਾਡੀ ਦੇ ਵਿੱਚ ਹਰ ਚੀਜ਼ ਮੌਜੂਦ ਹੈ, ਫੀਡ ਜਿਹਨੇ ਖਾਣੀ ਉਹਨੂੰ ਕੋਈ ਮਿਰਚ ਮਸਾਲੇ ਦੀ ਜ਼ਰੂਰਤ ਹੀ ਨਹੀਂ ਹੈ। ਜ਼ਿੰਦਾਬਾਦ ਜੀ। ਅੱਛਾ ਤੇ ਸਰ ਹੁਣ ਤੁਹਾਡਾ ਕੀ ਪਲਾਨ ਹੈ ਇਹਨਾਂ ਨੂੰ, ਤੁਸੀਂ ਕਿੰਨਾ ਅਰਸਾ ਰੱਖ ਕੇ ਸੇਲ ਕਰੋਗੇ? ਇਹ ਸਰ ਹੁਣ ਪਹਿਲੀ ਵਾਰ ਪਾਏ ਨੇ ਅਤੇ 3 ਮਹੀਨੇ ਹੋ ਗਏ ਨੇ, 3 ਮਹੀਨੇ ਨਹੀਂ ਬਲਕਿ 4 ਮਹੀਨੇ ਹੋ ਗਏ ਨੇ, ਚੌਥਾ ਮਹੀਨਾ ਜਾਂਦਾ ਪਿਆ, ਅਤੇ ਇਹਨਾਂ ਨੂੰ 2 ਤੋਂ 2.5 ਮਹੀਨੇ ਹੋਰ ਰੱਖਾਂਗੇ, ਕਿਉਂਕਿ ਹੁਣ ਇਹ 2 ਬੋਰੀਆਂ 'ਤੇ ਟੁਰ ਜਾਣਾ ਇਹਨਾਂ ਨੇ, ਬਹੁਤ ਜਲਦੀ 2 ਬੋਰੀਆਂ ਖਾਣ ਲੱਗ ਪੈਣਾ, 80 ਕਿਲੋ ਖਾਣ ਲੱਗ ਪੈਣਾ, ਕੁਝ ਜਾਨਵਰ ਤਿਆਰ ਹੋ ਜਾਣੇ ਨੇ ਛੋਟੇ, ਅਤੇ ਇੱਕ ਕੱਟੇ ਤਿਆਰ ਹੋ ਜਾਣੇ ਨੇ, ਉਹ ਬੱਚਾ ਤਿਆਰ ਹੋ ਜਾਣਾ, ਇਹ ਨਾਲ ਦਾ ਬੱਚਾ ਤਿਆਰ ਹੋ ਜਾਣਾ, ਕੁਝ ਛੋਟੇ ਤਾਂ ਸੇਲ ਕਰਾਂਗੇ, ਅਤੇ ਬਾਕੀ ਜਿਹੜੇ ਨੇ ਇਹਨਾਂ ਨੂੰ ਤਕਰੀਬਨ 3 ਕੁ ਮਹੀਨੇ ਫੀਡ ਹੋਰ ਪਾਵਾਂਗੇ, 100 ਵਾਰੀ ਫੀਡ ਹੋਰ ਪਾਵਾਂਗੇ। ਸਰ ਵੈਸੇ ਤੁਸੀਂ ਮੁਤਮਿਨ ਹੋ ਕਿ ਤੁਸੀਂ ਜਿਹੜਾ ਕੁਛ ਦਿਨ ਦਾ ਜਾਨਵਰ ਲਿਆ ਕੇ ਤਿਆਰ ਕਰਦੇ ਹੋ? ਸਰ ਮੈਂ ਤਾਂ ਮੁਤਮਿਨ, ਪਹਿਲੇ ਦਿਨ ਦਾ ਪਾ ਲਵਾਂ, 1.25 ਮਨ ਦਾ ਪਾ ਲਵਾਂ, 1.5 ਮਨ ਦਾ ਪਾ ਲਵਾਂ, ਮੈਂ ਮੁਤਮਿਨ ਹਾਂ, ਕਿਉਂਕਿ ਫੀਡ ਨੇ ਰਿਜ਼ਲਟ ਦੇਣਾ ਸਾਡੀ ਨੇ, ਤੁਸੀਂ ਜਾਨਵਰ ਜਿੰਨਾ ਛੋਟਾ ਪਾਓਗੇ ਓਨੀ ਖਰੀਦ ਦਿਹਾੜੀ ਥੋੜ੍ਹੀ ਹੋਏਗੀ, ਜਿੰਨਾ ਵੱਡਾ ਪਾਓਗੇ ਉਹ ਖਰੀਦ ਦਿਹਾੜੀ ਹੋਏਗੀ। ਮੈਂ ਖਰੀਦ ਨਹੀਂ ਨਾ ਕੀਤੀ, ਮੈਂ ਸਿਰਫ ਮਿਹਨਤ ਕੀਤੀ, ਅੱਲਾ ਦਾ ਸ਼ੁਕਰ ਤੁਹਾਡੇ ਸਾਹਮਣੇ। ਯਾਨੀ ਤੁਸੀਂ ਕੰਮ ਪੈਸਿਆਂ ਤੋਂ ਇਸ ਦਫ਼ਾ ਕੰਮ ਕੀਤਾ? ਪੈਸਿਆਂ ਨਾਲ ਤਾਂ ਸਾਰੇ ਲੋਕ ਕੰਮ ਕਰ ਲੈਂਦੇ ਨੇ, ਕੁਝ ਗਰੀਬਾਂ ਵਾਲੇ ਕੰਮ ਵੀ ਹੁੰਦੇ ਨੇ ਨਾ,
ਅਸੀਂ ਤਾਂ ਸਮਝਦੇ ਹਾਂ ਕਿ ਜਿਹੜੇ ਛੋਟੇ ਛੋਟਾ ਤਬਕਾ ਨਾ ਉਹ ਇਹ ਕਾਰੋਬਾਰ ਕਰੇ, ਦਿਹਾੜੀਦਾਰ ਤਬਕਾ ਵੀ ਇਹਦੇ ਕਾਰੋਬਾਰ ਕਰ ਸਕਦਾ, ਇਹਦੇ 'ਚ ਪੈਸਿਆਂ ਦੀ ਕੋਈ ਕੈਦ ਨਹੀਂ ਕਿ ਮੇਰੇ ਕੋਲ 50 ਲੱਖ ਹੋਏ ਤਾਂ ਫਿਰ ਹੀ। ਛੋਟਾ ਕੰਮ ਕਰ ਲਓ, 2 ਲੈ ਲਓ, 4 ਲੈ ਲਓ, 6 ਲੈ ਲਓ। ਅਤੇ ਸਰ ਜਿਹੜਾ ਤੁਸੀਂ ਚੰਦ ਦਿਨ ਦਾ ਬੱਚਾ ਲੈਂਦੇ ਹੋ ਜੀ, ਉਹ ਵੀ ਤੁਸੀਂ ਅਗਰ ਜਿਹੜਾ ਮਿਲ ਜਾਂਦਾ ਲੈ ਲੈਂਦੇ ਹੋ ਜਾਂ ਕਿ ਉਹਦੀ ਵੀ ਕੋਈ ਹੂਬੀ ਵੇਖਦੇ ਹੋ? ਤਾਂ ਵਲੈਤੀਆਂ ਹੀ ਮਿਲਦੇ ਨੇ ਨਾ, ਪਹਿਲੇ ਦਿਨ ਦਾ ਅਤੇ ਦੂਸਰਾ ਤਾਂ ਦਿੰਦਾ ਹੀ ਕੋਈ ਨਹੀਂ, ਦੇਸੀ ਤਾਂ ਕੋਈ ਨਹੀਂ ਦਿੰਦਾ ਮੇਰਾ ਖਿਆਲ। ਅਤੇ ਵਲੈਤੀ ਜਿਹੜੇ ਨੇ ਲੱਭ ਜਾਂਦੇ ਨੇ ਡੇਅਰੀਆਂ ਤੋਂ, ਅਤੇ ਗਰੋਥ ਅੱਛੀ ਇਹਨਾਂ ਦੀ ਵੀ? ਗਰੋਥ ਇਹਨਾਂ ਦੀ ਅੱਛੀ ਹੈ, ਬਿਹਤਰੀਨ ਗਰੋਥ। ਦੇਸੀ ਦੀ ਨਿਸਬਤ ਕੀ ਕਹੋ? ਉਹਦੇ ਦੇਸੀ ਦੀ ਨਿਸਬਤ ਅੱਛੀ ਗਰੋਥ, ਕਿਉਂਕਿ ਫੀਡ ਹੀ ਜ਼ਿਆਦਾ ਖਾਂਦੇ ਨੇ ਨਾ, ਗਰੋਥ ਤਾਂ ਫੀਡ ਨੇ ਦੇਣੀ ਹੈ ਨਾ ਯਾਰ, ਜਿੰਨੇ ਅੱਛੀ ਫੀਡ ਖਾਣੀ ਹੈ, ਜਿੰਨੇ ਅੱਛੀ ਖੁਰਾਕ ਖਾਣੀ ਹੈ, ਉਹਦੀ ਉਹਦੀ ਗਰੋਥ ਵੀ ਅੱਛੀ ਹੋਣੀ ਹੈ। ਯਾਨੀ ਡਿਪੈਂਡ ਕਰਦਾ ਖੁਰਾਕ, ਡਿਪੈਂਡ ਖੁਰਾਕ 'ਤੇ ਕਰਦਾ ਪਿਆ। ਮੈਂ ਤਾਂ ਖੁਰਾਕ ਦਾ ਹੀ ਕੰਮ ਕਰਨਾ ਵਾਂ, ਅਤੇ ਖੁਰਾਕ 'ਤੇ ਮੇਰਾ ਯਕੀਨ, ਬਰਕਤ ਫੀਡ ਪਾਉਂਦੇ ਹਾਂ ਫਿਰ ਅਤੇ ਰਿਜ਼ਲਟ ਲੈਣ ਡੇ, ਅਲਹਮਦੁਲਿਲਾ, ਅੱਲਾਹ ਦਾ ਸ਼ੁਕਰ, ਪਾਉਂਦੇ ਰਹਾਂਗੇ, ਕਰਦੇ ਰਹਾਂਗੇ ਇਨਸ਼ਾਅੱਲਾ। ਮਾਸ਼ਾਅੱਲਾ ਸਰ, ਕਾਫੀ ਕੀਮਤੀ ਗੱਲਾਂ ਦੱਸੀਆਂ ਨੇ, ਕੋਈ ਐਸੀ ਅਹਿਮ ਗੱਲ ਜਿਹੜੀ ਰਹਿ ਗਈ ਹੈ ਮੈਂ ਨਹੀਂ ਪੁੱਛੀ? ਜਾਂ ਜਿਹੜੇ ਦੋਸਤ ਵੀਡੀਓ ਵੇਖਦੇ ਨੇ ਪੇ, ਉਹਨਾਂ ਦਾ ਜ਼ੇਨ ਏ ਵੱਛੇ ਪਾਲ ਕੇ ਪੈਸੇ ਕਮਾਉਣਾ, ਉਹਨਾਂ ਨੂੰ ਕੋਈ ਅੱਛੀ ਜੀ ਗੱਲ ਦੱਸੋ। ਉਹ ਮਾਨਸਾ ਵਾਲਾ ਠੀਕ ਰਹੇਗਾ, ਇਹ ਹਰ ਬੰਦਾ ਮਿਹਨਤ ਨਹੀਂ ਕਰ ਸਕਦਾ, ਹਰ ਬੰਦਾ ਇੰਨੀ ਮਿਹਨਤ ਨਹੀਂ ਕਰ ਸਕਦਾ। ਦੇਖੋ ਵੇਖੀ ਜਿਹੜਾ ਬੰਦਾ ਖਰੀਦ ਲਏਗਾ ਨਾ, ਨੁਕਸਾਨ 'ਚ ਰਹੇਗਾ ਅਤੇ ਮਕਸਦ ਕੋਈ ਨਹੀਂ। ਇਹ ਕੰਮ ਮੁਸ਼ਕਲ ਹੈ, ਮਨ ਸਵਾਲ ਦਾ ਕੰਮ ਜਿਹੜਾ ਉਹ ਠੀਕ, ਉਹ ਬੈਸਟ ਹੈ। ਉਹ ਅਨਾੜੀ ਆਦਮੀ ਵੀ ਕਰ ਲੈਣਾ ਅਤੇ ਉਹਨੂੰ ਨੁਕਸਾਨ ਨਹੀਂ ਹੁੰਦਾ, ਅਤੇ ਇਹ ਤਾਂ ਫਿਰ ਬੜਾ ਕੰਮ ਇਹਨਾਂ ਦਾ ਮੁਸ਼ਕਲ ਹੈ ਸਰ, ਮੁਸ਼ਕਲ ਹੈ ਥੋੜ੍ਹਾ ਕੰਮ। ਕੋਈ ਜਿਹੜਾ ਛੋਟਾ ਬੱਚਾ ਉਹਨੂੰ ਵੇਖ ਲਓ ਪਾਲਣਾ ਕਿੰਨਾ ਮੁਸ਼ਕਲ ਹੈ, ਨਾਮੁਮਕਿਨ ਨਹੀਂ, ਮੁਸ਼ਕਲ ਹੈ ਬਸ। ਅਤੇ ਜਿਹੜੇ ਦੋਸਤ ਤੁਹਾਡੇ ਕੋਲ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ ਜਾਂ ਬੱਚੇ ਖਰੀਦਣਾ ਚਾਹੁੰਦੇ ਨੇ, ਉਹ ਤੁਹਾਡੇ ਨਾਲ ਸਰ ਕਿੰਝ ਰਾਬਤਾ ਕਰਨ? ਉਹ ਮੇਰਾ ਨੰਬਰ ਮੌਜੂਦ ਹੈ 0354-4445-540। ਜੀ ਅਲਿਆ ਸਾਹਿਬ, ਤੁਹਾਡਾ ਸਰ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੱਕ ਦਫ਼ਾ ਫਿਰ ਬੜੀ ਕੀਮਤੀ ਅਤੇ ਕਮਾਲ ਦੀ ਗੁਫ਼ਤਗੂ ਕੀਤੀ ਹੈ। ਅੱਲਾਹ ਪਾਕ ਤੁਹਾਨੂੰ ਹੈ ਜਿਹੜਾ ਤੁਸੀਂ ਨਵਾਂ ਤਜਰਬਾ ਇੱਕ ਹਿਸਾਬ ਦਾ ਕਰਦੇ ਹੋ ਪੇ, ਅੱਲਾਹ ਪਾਕ ਤੁਹਾਨੂੰ ਅਦੇ 'ਚ ਵੀ ਕਾਮਯਾਬ ਕਰੇ। ਅਸੀਂ ਸਰ ਇਹ ਤਜਰਬਾ ਇਸ ਵਾਸਤੇ ਕੀਤਾ ਕਿ ਸਾਡੀ ਜਿਹੜੀ ਬਰਕਤ ਫੀਡ ਹੈ ਬੱਚੇ ਨੂੰ ਵੀ ਕੰਮ ਕਰਦੀ ਹੈ ਕਿ ਜਾਂ ਵੱਡੇ ਨੂੰ ਵੀ ਕਰਦੀ, ਬਾਕੀ ਇਹ ਪਹਿਲੇ ਦਿਨ ਤੋਂ ਕੰਮ ਕਰਦੀ ਹੈ ਜੀ ਜਾਨਵਰ। ਇਹ ਅਸੀਂ ਤਜਰਬਾ ਕਰ ਲਿਆ ਕਿ ਪਹਿਲੇ ਦਿਨ ਤੋਂ ਕਰਦੀ ਹੈ। ਜਿੰਨਾ ਛੋਟਾ ਕੰਮ ਕਰਨਾ ਚਾਹੁੰਦੇ ਹੋ, ਸਸਤਾ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ, ਜ਼ਿਆਦਾ ਮਹਿੰਗਾ ਕੰਮ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ। ਮੁਨਾਫਾ ਤੁਹਾਨੂੰ ਛੋਟਾ ਕੰਮ ਕਰੋਗੇ ਤਾਂ ਮੁਨਾਫਾ ਥੋੜ੍ਹਾ ਆਵੇ, ਵੱਡਾ ਕੰਮ ਕਰੋਗੇ ਤਾਂ ਮੁਨਾਫਾ ਬਹੁਤ ਜ਼ਿਆਦਾ। ਅਤੇ ਬਰਕਤ ਫੀਡ ਅਗਰ ਕੋਈ ਲੈਣਾ ਚਾਹੁੰਦਾ ਤੁਹਾਡੇ ਕੋਲ ਵੀ ਮਿਲ ਜਾਏਗੀ? ਕੋਈ ਗੱਲ ਨਹੀਂ, ਉਹ ਤਾਂ ਆਲਰੇਡੀ ਚੱਲਦੀ ਹੈ ਬਈ, ਦੋਸਤ ਬਹੁਤ ਜ਼ਿਆਦਾ ਦੋਸਤ ਇਸਤੇਮਾਲ ਕਰਨ ਡੇ ਨੇ ਸਾਡੇ ਆਪਣੇ ਇਲਾਕੇ ਦੇ ਵਿੱਚ, ਬਾਹਰ ਵੀ ਗੁਜਰਾਤ ਤੱਕ ਰਾਂ ਸੇਲ ਹੋ ਰਿਹਾ, ਕੋਈ ਮਸਲਾ ਨਹੀਂ। ਜਿਹੜਾ ਵੀ ਬਰਕਤ ਫੀਡ ਇਸਤੇਮਾਲ ਕਰਦਾ ਨਾ ਉਹ ਇਨਸ਼ਾਅੱਲਾ ਦੁਆ ਜ਼ਰੂਰ ਦੇ। ਜੀ ਸਰ ਬਹੁਤ ਸ਼ੁਕਰੀਆ, ਅੱਲਾ ਹਾਫਿਜ਼।